ਆਏ ਦਿਨ ਪੰਜਾਬ ਦੇ ਨੌਜਵਾਨ ਨਸ਼ੇ ਦੀ ਬਲੀ ਚੜ ਰਹੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਬਟਾਲਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ, ਜਿੱਥੇ ਕਿ 10 ਦਿਨ ਪਹਿਲਾਂ 25 ਸਾਲਾ ਨੌਜਵਾਨ ਲਾਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਪੁੱਤ ਦੀ ਮੌਤ ਦਾ ਦੁੱਖ ਬਿਆਨ ਕਰਨ ਅਤੇ ਬਾਕੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਨਸ਼ਾ ਮੁਕਤ ਰੈਲੀ ਕੱਢੀ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਨੂੰ ਲਾਂਤਾ ਪਾਉਂਦੇ ਹੋਏ ਸਰਕਾਰ ਖਿਲਾਫ ਗੁੱਸਾ ਜ਼ਾਹਿਰ ਕੀਤਾ। ਮੌਕੇ ਤੇ ਮੌਜੂਦ NRI ਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦਿਆਂ ਉੱਤੇ ਖਰੀ ਉਤਰਦੀ ਤਾਂ ਪੰਜਾਬ ਦੇ ਨੌਜਵਾਨ ਨਸ਼ੇ ਦੇ ਕੌੜ ਵਿੱਚ ਨਾ ਫਸਦੇ। ਅੱਜ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈ ਰਿਹਾ, ਜਿਹੜੇ ਸਾਰਿਆਂ ਨੇ ਸਰਕਾਰਾਂ ਦੇ ਵਾਅਦੇ ਸੀਗੇ ਕਿ ਅਸੀਂ ਆ ਕੇ ਆਹ ਕਰਾਂਗੇ ਉਹ ਕਰਾਂਗੇ, ਉਹ ਜ਼ੀਰੋ ਹੁੰਦੇ ਦਿਸ ਰਹੇ ਆ। ਜੇ ਥੋੜ੍ਹੇ ਵੀ ਵਾਅਦੇ ਪੂਰੇ ਹੁੰਦੇ ਤਾਂ ਅੱਜ ਸਾਡਾ ਭਰਾ ਹੀ ਗੁਆਉਂਦੇ ਨਾ। ਸਾਡੇ ਅਤੇ ਸਾਡੇ ਪਿੰਡ ਵਾਸੀਆਂ ਤੋਂ ਲੈ ਕੇ ਸ਼ਹਿਰਾਂ ਤੱਕ ਸਭ ਨੂੰ ਪਤਾ ਕਿ ਸਾਡੇ ਪਿੰਡ ਦੇ ਲਾਗੇ ਲਾਗੇ ਨਸ਼ੇ ਵਿਕ ਰਹੇ ਆ। ਹਰੇਕ ਨੂੰ ਪੁੱਛ ਲਓ, ਉਹ ਫਲਾਨਾ ਬੁੱਢਾ ਇੱਥੇ ਵਿਕ ਰਿਹਾ, ਉਹ ਕਹਿੰਦਾ ਮਾਨੀ ਖੈਰੀ ਵਿਕ ਰਿਹਾ। ਜੇ ਸਾਨੂੰ ਪਤਾ ਹੋ ਸਕਦਾ ਤਾਂ ਕਿ ਕਿਸੇ ਨੂੰ ਨਹੀਂ ਪਤਾ ਹੋਊਗਾ, ਸਾਰਿਆਂ ਨੂੰ ਪਤਾ ਹੈ ਜੀ। ਪਰ ਕੋਈ ਕੁਛ ਕਰ ਨਹੀਂ ਰਿਹਾ, ਕਿਉਂਕਿ ਉਹਨਾਂ ਦੇ ਮੁੰਡੇ ਹੁਣੇ ਮਰ ਨਹੀਂ ਰਹੇ ਹੈਗੇ। ਉਹ ਵੀ ਜ਼ਿਆਦਾ ਦਿਨ ਦੂਰ ਨਹੀਂ ਹੈਗਾ ਜਦੋਂ ਉਹਨਾਂ ਨੂੰ ਆਪ ਨੂੰ ਚੱਕ ਕੇ ਲੈ ਕੇ ਜਾਣਾ ਪਊਗਾ, ਫਿਰ ਉਸ ਦਿਨ ਦੁੱਖ ਲੱਗੂਗਾ। ਅਸੀਂ ਵੀ ਸੁਣਦੇ ਹੁੰਦੇ ਸੀ ਲੋਕੀ ਜੋ ਕਹਿਣਾ ਕਿ ਉਹ ਮਰ ਗਿਆ, ਮੈਂ ਕਿਹਾ ਕਿਉਂ ਕਰਦੇ ਇੰਨੇ ਰੈਲੀਆਂ ਇਹ ਸਭ। ਅੱਜ ਸਾਨੂੰ ਦੁੱਖ ਦਾ ਮਹਿਸੂਸ ਹੋ ਰਿਹਾ ਕਿ ਜਦੋਂ ਸਾਡਾ ਆਪਦਾ ਗਿਆ ਕਿੰਨਾ ਦੁੱਖ ਹੁੰਦਾ। ਜਵਾਨ ਪੁੱਤਰ ਵਿਆਹੁਣ ਦੀ ਉਮਰ ਸੀਗੀ, ਉਹਨੂੰ ਤੁਰ ਕੇ ਆਏ ਹਾਂ। ਮੈਂ ਕੈਨੇਡਾ ਤੋਂ ਸਪੈਸ਼ਲ, ਅਸੀਂ ਵੀ ਆਪਣੀ ਲਾਈਫਾਂ 'ਚ ਬਿਜ਼ੀ ਹੈਗੇ ਸੀਗੇ, ਪਰ ਛੱਡ ਕੇ ਆਏ ਹਾਂ ਅਤੇ ਖੁੱਲ੍ਹੇ ਟਾਈਮ ਲੈ ਕੇ ਆਏ ਕਿ ਅਸੀਂ ਕਹਿ ਕੇ ਆਏ ਕਿ ਅਸੀਂ ਚੱਲੇ ਹਾਂ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਮੁਲਕ ਚੱਲੇ ਹਾਂ, ਜਿਹਨੇ ਸਾਨੂੰ ਇੰਨੀ ਰੋਟੀ ਦਿੱਤੀ ਹੈ ਹਰ ਪਾਸੇ। ਮੇਰਾ ਵੀਰ ਬਹੁਤ ਹੀ ਪਿਆਰਾ ਬੱਚਾ ਸੀਗਾ, ਪਰ ਉਹਨੂੰ ਜੌਬ ਲੱਭਦੇ ਲੱਭਦੇ ਥੱਕ ਗਿਆ। ਫਿਰ ਐਸੀ ਜੌਬ ਉਹਨੂੰ ਮਿਲੀ ਆ ਨਾਲ ਜਾ ਕੇ ਘੁੰਮਣ ਦੀ, ਕਹਿੰਦੇ ਸੀ ਆਹ ਦਵਾ ਦਾਂਗੇ ਉਹ ਕਰ ਦਾਂਗੇ, ਗੱਡੀ 'ਚ ਬਿਠਾ ਕੇ ਲੈ ਜਾਣਾ ਇਹ ਲੋਕਾਂ ਨੇ। ਅਤੇ ਮੁੜ ਕੇ ਜੀ ਹੌਲੀ ਹੌਲੀ ਕਰਕੇ ਉਹਨੂੰ ਨਸ਼ੇ ਦੇ ਤੇ, ਆਹ ਤੂੰ ਵੀ ਖਾ ਤੂੰ ਵੀ ਖਾਓ, ਅਤੇ ਨੌਕਰੀਆਂ ਦੇ ਤਾਂ ਕੋਈ ਫਾਇਦਾ ਹੋਇਆ ਹੀ ਨਹੀਂ, ਤੋ ਨਸ਼ੇ ਹੀ ਲੈ ਕੇ ਬਹਿ ਗਏ ਸਾਡੇ। ਉਸ ਹਿਸਾਬ ਨਾਲ ਪੰਜਾਬ ਦੀ ਜਵਾਨੀ ਨੂੰ ਜ਼ਰੂਰ ਖਤਮ ਕਰ ਦੇਵੇਗਾ। ਬਿਊਰੋ ਰਿਪੋਰਟ, ਰੰਗਲਾ TV।